कांग्रेस द्वारा SYL पर इस्तीफा देने को बादल परिवार की तरफ से ड्रामेबाजी करार दिए जाने पर कांग्रेस ने पलटवार किया है। होशियारपुर में पत्रकारों से बातचीत करते हुए राज्यसभा मेंबर शमशेर दुल्लो ने कहा कि बादल भी इस मुद्दे पर इस्तीफा दें। मोर्चों से तो पंजाब बर्बाद ही हुआ है। ਉਹ ਕਹਿੰਦਾ ਮੈਂ ਮੋਰਚਾ ਲਾਉਂਗਾ। ਮੋਰਚਿਆਂ ਨੇ ਤਾਂ ਅੱਗੇ ਪੰਜਾਬ ਬਰਬਾਦ ਕੀਤਾ, ਪੰਜਾਬੀ ਸੂਬਾ ਮੋਰਚਿਆਂ ਨਾਲ ਲੈ ਕੇ ਪੰਜਾਬ ਕਿੱਡਾ ਬੜਾ ਪੰਜਾਬ, ਇਹ ਜੀ ਛੋਟਾ ਜਿਹਾ ਪੰਜਾਬ ਰਹਿ ਗਿਆ 300 ਕਿਲੋਮੀਟਰ ਦਾ, ਅਤੇ ਮੋਰਚਿਆਂ ਨੇ ਹੀ ਪੰਜਾਬ ਬਰਬਾਦ। ਗੌਰਤਲਬ ਹੈ ਕਿ ਅਕਾਲੀ ਦਲ ਦੁਆਰਾ SYL ਕੋ ਲੇਕਰ ਮੋਰਚੇ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਹੁਸ਼ਿਆਰਪੁਰ ਸੇ ਸਮੀਰ ਵਸ਼ਿਸ਼ਟ, ਪੰਜਾਬ ਕੇਸਰੀ TV।